ਕੌਰ ਦੇ ਬਾਜੋ ਤੇਰਾ ਕੋਈ ਨਾ ਬੇਲੀ ਜੀ ਆਪਣੇ ਸੁੱਖਾਂ ਨੂੰ ਲੱਭਦੇ ਫਿਰਦੇ ਸਾਖ ਸੱਜਣ ਸਭ ਮੇਲੀ ਜੀ ਨਾਮ ਗਿਆਨ ਬਿਨਾਂ ਉਮਰ ਗਵਾਵੇ ਬਣ ਕੇ ਮਨ ਦਾ ਜੇਲੀ ਜੀ ਜਲਾਲ ਸ਼ਾਹ ਆਖੇ ਸਤਿਗੁਰੂ ਬਾਜੋ ਊੜ ਦੀ ਬਾਜੀ ਖੇਲੀ ਜੀ ਇਹ 35 ਅੱਖਰੀ ਹਜ਼ਰਤ ਬਾਬਾ ਜਲਾਲ ਸ਼ਾਹ ਚਿਸ਼ਤੀ ਸਾਬਰੀ ਜੋ ਕਿ ਹਜ਼ਰਤ ਪੀਰ ਬਾਬਾ ਹਦਾਇਤ ਸ਼ਾਹ ਚੱਠਾ ਸ਼ਰੀਫ ਵਾਲੀ ਸੱਚੀ ਸਰਕਾਰ ਦੇ ਸਰਮੌਰ ਮਰੀਦਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਕਿ ਰੋਜ਼ਾ ਮੁਬਾਰਕ ਮਾਲ ਪਿੰਡ ਅੰਮ੍ਰਿਤਸਰ ਜ਼ਿਲ੍ਹਾ ਵਿੱਚ ਮੌਜੂਦ ਹੈ ਜਿੱਥੇ ਹਰ ਸਾਲ ਬਾਬਾ ਜਲਾਲ ਸ਼ਾਹ ਜੀ ਦਾ ਮੇਲਾ ਮੁਬਾਰਕ ਮਨਾਇਆ ਜਾਂਦਾ ਹੈ। ਆਪ ਚਿਸ਼ਤੀ ਸਿਲਸਿਲੇ ਦੇ ਸਰਮੌਰ ਸੰਤ ਹੋਏ ਹਨ। ਆਪ ਜੀ ਨੇ ਬਾਬਾ ਹਦਾਇਤ ਸ਼ਾਹ ਦੀ ਸਿਫਤ ਵਿੱਚ ਕਈ ਕਾਫੀਆਂ ਅਤੇ ਕਈ ਸਿਫਤਾਂ ਲਿਖੀਆਂ। ਆਪ ਨੇ ਬਾਬਾ ਹਦਾਇਤ ਸ਼ਾਹ ਸੱਚੀ ਸਰਕਾਰ ਦੇ ਕੋਲ ਜਦੋਂ ਇਕੱਠੇ ਸ਼ਰੀਫ ਬਾਬਾ ਕਰੀਮ ਸ਼ਾਹ ਜੀ ਦੇ ਮੇਲੇ ਉੱਪਰ ਆਉਣਾ ਤਾਂ ਬਾਬਾ ਕਰੀਮ ਸ਼ਾਹ ਦੀ ਸਿਫਤਾਂ ਵਿੱਚ ਵੀ ਆਪ ਜੀ ਨੇ ਕਈ ਸੋਹਣੇ ਸਿਫਤਾਂ ਗਾਈਆਂ। ਜਦੋਂ ਆਪ ਇਸ ਸ਼ਲੋਕ ਵਿੱਚ ਜਾਂ 35 ਅੱਖਰੀ ਵਿੱਚ ਬਾਬਾ ਜਲਾਲ ਸ਼ਾਹ ਜੀ ਇਹ ਕਹਿ ਰਹੇ ਹਨ, ਇਹ ਬੰਦੇ ਤੂੰ ਰੱਬ ਬਾਜੋਂ ਇੱਥੇ ਰੱਬ ਬਾਜੋਂ ਤੇਰਾ ਕੋਈ ਵੀ ਬੇਲੀ ਨਹੀਂ ਆ, ਆਪਣੇ ਸੁੱਖਾਂ ਨੂੰ ਤੂੰ ਆਪਣੇ ਸਾਖ ਸੰਬੰਧੀਆਂ ਵਿੱਚ ਲੱਭਦਾ ਫਿਰਦਾ ਹੈ, ਪਰ ਨਾਮ ਗਿਆਨ ਬਿਨਾਂ ਤੂੰ ਮਨ ਸ਼ੈਤਾਨ ਦੇ ਮਗਰ ਲੱਗ ਕੇ ਝੂਠੀ ਬਾਜੀ ਖੇਲੀ ਆ। ਅਤੇ ਜਲਾਲ ਸ਼ਾਹ ਬਾਬਾ ਜੀ ਕਹਿੰਦੇ ਹਨ ਕਿ ਇਹ ਬੰਦੇ ਉਹ ਸਤਿਗੁਰੂ ਬਾਜੋਂ ਕੂੜ ਦੀ ਬਾਜੀ ਖੇਲੀ ਆ, ਕਿਉਂ ਸਤਿਗੁਰੂ ਬਾਜੋਂ ਸਭ ਕੂੜ ਪਸਾਰਾ ਹੈ, ਕਿਉਂ ਬਾਜ ਗੁਰ ਤੇ ਬੰਦਾ ਪੁਰਦਾ ਭਾਵੇਂ ਵੇ ਫਿਰਦਾ ਤੁਰਦਾ, ਕਿਉਂ ਗੁਰੂ ਤੋਂ ਬਿਨਾਂ ਨਾਮ ਤੋਂ ਬਿਨਾਂ ਭਗਤੀ ਤੋਂ ਬਿਨਾਂ ਇੱਥੇ ਸਭ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਹਨ, ਜਿਹਦੀਆਂ ਲਾਸ਼ਾਂ, ਕਿਉਂ ਜਿਹਨਾਂ ਨੂੰ ਪਤਾ ਹੀ ਨਹੀਂ ਅਸੀਂ ਦੁਨੀਆਂ 'ਤੇ ਕੀ ਕਰਨ ਆਏ ਹਾਂ, ਜਾਂ ਹੀ ਰੱਬ ਨੇ ਸਾਨੂੰ ਰੋਜ਼ੀ ਰਿਜ਼ਕ ਦਿੱਤਾ ਫਿਰ ਸਾਨੂੰ ਮਾਰੇਗਾ, ਫਿਰ ਨਰਕ ਸਵਰਗ, ਫਿਰ ਸਾਨੂੰ ਮਰਨ ਤੋਂ ਬਾਅਦ ਜ਼ਿੰਦਾ ਕਰਕੇ ਸਾਡਾ ਹਿਸਾਬ ਕਿਤਾਬ ਵੀ ਲਵੇਗਾ। ਕਹਿੰਦੇ ਵੀ ਉਹ ਬੰਦਾ ਮੁਰਦਾ ਆ, ਉਸ ਜੀਂਦਿਆਂ ਜੀ ਉਹ ਬੰਦਾ ਮੁਰਦਾ ਜਿਸ ਨੂੰ ਪਤਾ ਹੀ ਨਹੀਂ, ਆਪਣੇ ਮਿਸ਼ਨ ਦਾ ਹੀ ਨਹੀਂ ਪਤਾ। ਇਸ 35 ਅੱਖਰੀ ਵਿੱਚ ਬਾਬਾ ਜਲਾਲ ਸ਼ਾਹ ਚਿਸ਼ਤੀ ਸਾਬਰੀ ਜੋ ਕਿ ਬਾਬਾ ਦਹਿਸ਼ ਸ਼ਾਹ ਚੱਠੇ ਸ਼ਰੀਫ ਵਾਲੀ ਸਰਕਾਰ ਦੇ ਮਰੀਦ ਹਨ, ਇਹੀ ਗੱਲ ਕਰ ਰਹੇ ਹਨ ਕਿ ਬੰਦੇ ਤੂੰ ਨਾਮ ਜਪ, ਐਵੇਂ ਨਾ ਆਪਣੀ ਉਮਰ ਸਾਰੀ ਤੂੰ ਗਵਾ ਫਾਲਤੂ ਕੰਮਾਂ ਦੇ ਵਿੱਚ। ਇਸੇ ਬਾਬਤ ਵਿੱਚ ਬਾਬਾ ਫਰੀਦ ਵੀ ਇਹੋ ਕਹਿੰਦੇ ਹਨ ਕਿ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਸਾਰਿਆ ਨਾਮ, ਇੱਥੇ ਦੁੱਖ ਹਨੇਰੇ ਆ ਅੱਗੇ ਠੌਰ ਨਾ ਥਾਂ। ਜਿਉਂ ਬਾਬਾ ਸ਼ੇਖ ਫਰੀਦ ਕਹਿੰਦੇ ਹਨ ਕਿ ਜਿੰਨਾ ਭਗਤੀ ਦਾ ਮਾਰਗ ਨਹੀਂ ਕੀਤਾ, ਕਿੰਨੇ ਕੁ ਪੂਰਨ ਸਤਿਗੁਰੂਆਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੇ ਮੂੰਹ ਇੱਥੇ ਵੀ ਡਰਾਉਣੇ ਹੋਣਗੇ ਤੇ ਰੱਬ ਘਰ ਵੀ ਕਾਲੇ ਸ਼ਾਹ ਕੀਤੇ ਜਾਣਗੇ, ਉਹ ਇੱਥੇ ਵੀ ਦੁੱਖਾਂ 'ਚ ਰਹਿਣਗੇ ਤੇ ਰੱਬ ਘਰ ਵੀ ਉਹਨਾਂ ਨੂੰ ਕੋਈ ਖਾਣ ਟਿਕਾਣਾ ਨਹੀਂ ਮਿਲੇਗਾ। ਇਸੇ ਗੱਲ ਨੂੰ ਅੱਗੇ ਮੈਂ ਸਮੇਟਦਾ ਹਾਂ, ਬਸ ਗੁਰੂ ਮਹਾਰਾਜ ਜਾਂ ਰੱਬ ਦੀ ਉਸਤਤ ਵਡਿਆਈ ਕਰਨ ਬਾਰੇ ਹੀ ਕਹਾਂਗਾ, ਵਾਰ ਵਾਰ ਇਹੋ ਹੀ ਕਹਾਂਗਾ।